ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਖਬਰੀ ਲਾਲ ਤੇ ਮੈਂ ਤੁਹਾਡਾ ਦੋਸਤ ਦਿਲਬਾਗ। ਦੋਸਤੋ, ਲੱਖਾ ਸਿਧਾਣਾ ਦੀ ਜਿਹੜੀ ਕਾਨਫਰੰਸ ਹੈ ਅੱਜ ਉੱਥੇ ਪਹੁੰਚੇ ਹੋਏ ਆ। ਪਿੰਡ ਮਹਿਰਾਜ ਦੇ ਵਿੱਚ ਇੱਕ ਰੈਲੀ ਰੱਖੀ ਗਈ ਸੀ ਲੱਖਾ ਸਿਧਾਣਾ ਦੇ ਵੱਲੋਂ, ਪਿਛਲੇ ਦਿਨ ਪਰਚਾ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਉਸ ਦੇ ਵਿਰੋਧ ਵਿੱਚ। ਅੱਜ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ, ਸਾਡੇ ਨਾਲ ਕੁਝ ਬਾਈ ਜੀ ਮੌਜੂਦ ਨੇ, ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਥੈਂਕ ਯੂ ਤੁਹਾਡਾ ਚੈਨਲ ਵਾਲਿਆਂ ਦਾ ਬਹੁਤ ਬਹੁਤ ਇੱਥੇ ਪਹੁੰਚਣ ਤੇ, ਜੋ ਆਏ ਆ ਭਰਾ ਉਹਨਾਂ ਦਾ ਬਹੁਤ ਥੈਂਕ ਯੂ ਆ। ਆਪਾਂ ਨੂੰ ਲੋੜ ਅੱਜ ਪੰਜਾਬ ਦੇ ਨਾਲ ਖੜਨ ਦੀ, ਜਿਹੜੇ ਬੰਦੇ ਪੰਜਾਬ ਦੇ ਲਈ ਲੜਦੇ ਆ ਆਪਾਂ ਉਹਨਾਂ ਦਾ ਸਾਥ ਦਈਏ ਤਾਂ ਬਹੁਤ ਵਧੀਆ ਗੱਲ ਆ। ਇਕੱਠ ਬਹੁਤ ਜ਼ਿਆਦਾ ਵੱਡਾ ਕਾਫਲਾ ਏ ਤੇ ਬਾਈ ਜੀ ਦੇ ਕੰਮ ਬਹੁਤ ਚੰਗੇ ਆ। ਇਹਨਾਂ ਦੇ ਕੰਮ ਚੰਗੇ, ਆਪਣੇ ਪੰਜਾਬ ਲਈ ਦੋ ਚਾਰ ਬੰਦੇ ਆ ਖੜਨ ਵਾਲੇ, ਉਹਨਾਂ ਨੂੰ ਸਰਕਾਰਾਂ ਮਾਰਨਾ ਚਾਹੁੰਦੀਆਂ। ਆਪਾਂ ਨੂੰ ਜੇ ਨਾਲ ਖੜਾਂਗੇ, ਬੱਚਾ ਬੱਚੀ ਨਾਲ ਤੁਰੂਗਾ ਖੜੂਗਾ, ਆਪਣੇ ਨਵਾਂ ਜਨਰੇਸ਼ਨ ਆ ਜਿਹੜੀ, ਇਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਵੀ ਕਿਉਂ ਖੜਦੇ ਆ, ਕਿਉਂ ਲੜਦੇ ਆ। ਜਿਹੜੀਆਂ ਸਰਕਾਰਾਂ ਨਵੀਆਂ ਆਈਆਂ ਇਹਨਾਂ ਨੇ ਵੀ ਨਹੀਂ ਕੁਛ ਕੀਤਾ। ਕੀ ਲੱਗਦਾ ਸਰਕਾਰ ਸਿਆਸਤ ਤੋਂ ਪ੍ਰੇਰਿਤ ਹੋਈ ਪਰਚਾ ਹੋਇਆ, ਸਰਕਾਰ ਮਤਲਬ ਦਬਾ ਰਹੀ ਆ ਆਵਾਜ਼ ਨੂੰ ਲੱਖਾਂ ਸਿਧਾਣਾ ਦੇ? ਚੰਗੇ ਬੰਦੇ ਨੂੰ ਹਮੇਸ਼ਾ ਦਬਾਉਣ ਦੀ ਸਰਕਾਰਾਂ ਪਹਿਲਾਂ ਤੋਂ ਦਬਾਉਂਦੀਆਂ ਰਹੀਆਂ ਤੇ ਦਬਾ ਰਹੇ ਆ ਹੁਣ ਵੀ। ਇਹ ਪਰਚੇ ਹੋਣ ਵਾਲੀ ਤਾਂ ਜਮਾ ਸਰਿਆਮ ਝੂਠ ਆ। ਇਹਨੇ ਬੰਦੇ ਨੇ ਇਹੋ ਜਿਹਾ ਕੋਈ ਕੰਮ ਹੀ ਨਹੀਂ ਕੀਤਾ ਜਦੋਂ ਦਾ ਲੈਣ ਫੜੀ ਆ। ਚੰਗੇ ਕੰਮਾਂ ਨਾਲ ਚੰਗੇ ਬੰਦਾ ਤੁਰੇ ਆ, ਨਾਲ ਵੀ ਤੁਰਦੇ ਆ ਲੋਕ, ਅੱਜ ਸਾਥ ਦਿੰਦੇ ਆ। ਇਹ ਜਮਾ ਝੂਠਾ ਪਰਚਾ ਏ, ਇਹ ਸਰਕਾਰਾਂ ਨਹੀਂ ਚੰਗੀਆਂ ਆਪਣੀਆਂ। ਕਿਉਂ ਲੱਗਦਾ? ਕਿਉਂਕਿ ਜੇ ਪੁਲਿਸ ਕੋਲੇ ਕੋਈ ਤਾਂ ਪ੍ਰੂਫ ਹੋਊਗਾ, ਕੋਈ FIR, ਕੋਈ ਗਵਾਹ, ਕੋਈ ਕਿਸੇ ਤਰ੍ਹਾਂ ਦਾ ਪ੍ਰੂਫ ਹੋਊਗਾ, ਫੇਰ ਹੀ ਪਰਚਾ ਦਰਜ ਹੋਇਆ ਹੋਣਾ। ਕੀ ਲੱਗਦਾ ਝੂਠੇ ਬਣਾਏ ਗਏ ਹੋਣਗੇ ਜਾਂ ਕੋਈ ਇਹੋ ਜਿਹਾ ਹੋ ਸਕਦਾ, ਕੋਈ 1-2% ਚਾਂਸ ਹੋਣਗੇ? ਇਹਦੇ ਵਿੱਚ 1% ਵੀ ਨਹੀਂ ਚਾਂਸ। ਇਹ ਸਭ ਤੋਂ ਵੱਡਾ ਫਰੋਡ ਝੂਠ ਇਕੱਠਾ ਕੀਤਾ ਵਾ। ਆਪਣੇ ਪੰਜਾਬ ਸਰਕਾਰ ਕੁਛ ਵੀ ਕਰ ਸਕਦੀ ਹੈ, ਘਰੇ ਬੈਠੇ ਬੰਦੇ ਦੇ ਵੀ ਪਰਚਾ ਦੇ ਸਕਦੀ ਹੈ। ਜਿਹਨੂੰ ਕਦੇ ਦਿੱਕਤ ਆਪਣੇ ਪਿੰਡ ਤੋਂ ਗਾਹ ਨਾ ਲੰਘਿਆ ਹੋਵੇ, ਸ਼ਹਿਰ ਨਾ ਦੇਖਿਆ ਹੋਵੇ, ਉਸ ਬੰਦੇ ਤੇ ਵੀ ਸਰਕਾਰ ਪਰਚਾ ਦੇ ਸਕਦੀ ਹੈ। ਪਰ ਕੱਟ ਕਰਨ ਦੀ ਕੀ ਲੋੜ ਸੀਗੀ? ਇੱਕ ਕਾਨੂੰਨੀ ਤਰੀਕੇ ਨਾਲ ਲੜਾਈ ਲੜੀ ਜਾ ਸਕਦੀ ਸੀ, ਕੋਰਟ ਦੇ ਵਿੱਚ ਜਾ ਕੇ, ਕਚਹਿਰੀਆਂ ਜਾ ਕੇ ਵਕੀਲ ਕਰਕੇ ਉੱਥੇ ਆਪਣੀ ਗੱਲਬਾਤ ਰੱਖੀ ਜਾ ਸਕਦੀ ਸੀ ਕੋਰਟ ਦੇ ਵਿੱਚ। ਨਹੀਂ, ਜੇ ਆਪਾਂ ਕਾਨੂੰਨੀ ਤੌਰ ਤੇ ਲੜਦੇ ਆ ਉਹਦੀ ਸੁਣਵਾਈ ਨਹੀਂ ਕੋਈ ਹੁਣ, ਇਹ ਤਾਂ ਜੰਗ ਲੜਨੀ ਪੈਂਦੀ ਆ ਮੂਹਰੇ ਆ ਕੇ। ਜੇ ਸਰਕਾਰ ਆਏ ਇੱਕ ਦੂਜੇ ਦੀਆਂ ਗੱਲਾਂ ਸੁਣਨ ਲੱਗ ਜਾਣ, ਉਹਨਾਂ ਕੋਲ ਫੇਰ ਤਾਂ ਹੈ ਨਹੀਂ ਕੋਈ ਇਸ਼ੂ ਹੀ ਨਹੀਂ ਬਣਦਾ ਕੋਈ। ਉਹਦਾ ਪ੍ਰੈਸ਼ਰ, ਇਸ ਕੱਟ ਦਾ ਪ੍ਰੈਸ਼ਰ ਬਹੁਤ ਸਰਕਾਰ, ਵੱਡਾ ਪ੍ਰੈਸ਼ਰ ਪਊਗਾ ਇਹ ਗੱਲ ਦਾ। ਪੰਜਾਬ ਨਾਲ ਆ ਉਹਦੇ ਬੰਦੇ ਦੇ, ਪੰਜਾਬ ਲਈ ਖੜਾ ਬੰਦਾ, ਚੰਗੇ ਕੰਮ ਕਰਦਾ, ਦੋ ਚਾਰ ਬੰਦੇ ਆ, ਜੇ ਉਹਨਾਂ ਨੂੰ ਹੀ ਦਬਾ ਲਿਆ ਫੇਰ ਤਾਂ ਪੰਜਾਬ ਦਾ ਬੇੜਾ ਗਰਕ ਪੱਕਾ ਹੈ। ਲੱਖਾ ਸਿਧਾਣਾ ਅਕਸਰ ਜਿਹੜਾ ਨਸ਼ੇ ਦੇ ਖਿਲਾਫ ਬੋਲਦੇ ਰਹੇ ਆ, ਹਨਾ, ਆਪਾਂ ਦੇਖਦੇ ਰਹੇ ਕਿ ਨੌਜਵਾਨਾਂ ਨੂੰ ਨਸ਼ੇ ਚੋਂ ਕੱਢਣ ਦੀ ਗੱਲ ਕਰਦੇ ਰਹੇ ਆ, ਉਸੇ ਨਸ਼ੇ ਦਾ ਹੀ ਪਰਚਾ ਲੱਖੇ ਦਾ ਅੰਤ ਪਾਏਗਾ। ਜੇ ਸਰਕਾਰ ਨੇ ਵੀ ਕਿੜ ਕੱਢਣੀ ਹੁੰਦੀ ਤਾਂ ਹੋਰ ਪਰਚਾ ਪਾ ਸਕਦੀ ਸੀ, ਨਜਾਇਜ਼ ਹਥਿਆਰ ਦਾ ਪਾ ਸਕਦੀ। ਇਹੀ ਪਰਚਾ ਕਿਉਂ ਸਮਝਦੇ ਵੀ ਕਿਉਂ ਪਾਇਆ? ਇਹਦਾ ਦਬਾਉਣ ਦੀ ਗੱਲ ਕੀਤੀ ਉਹਨਾਂ ਨੇ, ਸਰਕਾਰਾਂ ਨੇ ਦਬਾਉਣਾ ਇਹਨੂੰ ਵੀ, ਇਹ ਚੁੱਪ ਹੋ ਜੇ, ਚੱਲ ਜਦੋਂ ਹੁਣ ਇਕੱਠ ਹੋ ਗਿਆ। ਇਹਨਾਂ ਨੇ ਇਹ ਵੀ ਕਰ ਕਹਿ ਦੇਣਾ ਵੀ ਇਹਨਾਂ ਦਾ ਪਰਚਾ ਰੱਦ ਗਿਆ, ਝੂਠੀ ਬਣਵਾਈ ਕਹਾਣੀ ਘੜ ਕੇ ਉਹਨੂੰ ਸਾਬਤ ਕਰ ਦੇਣਾ ਵੀ ਸਹੀ ਆ ਇਹ ਬੰਦਾ। ਸਰਕਾਰਾਂ ਦੀਆਂ ਪਾਲਿਸੀਆਂ ਦਬਾਉਣਗੀਆਂ ਇਹਨੂੰ, ਕਹਿਣਗੀਆਂ ਵੀ ਕੁਛ ਨਾ ਕੁਛ ਅਸੀਂ ਜਾਂ ਤੂੰ ਸਾਡੇ ਵੱਲ ਨੂੰ ਆ। ਇਸੇ ਕਾਰਨ ਇਹਦਾ ਜਾਗਰੂਕ ਹੋਣਾ ਪੈਣਾ, ਨਵੀਂ ਜਨਰੇਸ਼ਨ ਨੂੰ ਇਹਦੇ ਨਾਲ ਖੜਨਾ ਪੈਣਾ। ਸਿਧਾਣਾ ਕਿਸੇ ਪਾਰਟੀ ਚ ਨਹੀਂ ਗਏ, ਚੋਣਾਂ ਵੇਲੇ ਵੀ ਗੱਲਬਾਤ ਚੱਲੀ, ਆਪ ਚ ਜਾਣਗੇ ਇੱਧਰ ਜਾਣਗੇ ਉੱਧਰ, ਨਹੀਂ ਗਏ, ਆਜ਼ਾਦ ਲੜੇ। ਮੇਰੇ ਮੈਂ ਉਹਨਾਂ ਦੇ ਇੰਟਰਵਿਊ ਭਰੀ ਸੀ, ਉਹਨਾਂ ਨੇ ਕਿਹਾ ਸੀ ਕਿ ਮੈਂ ਕਿਸੇ ਪਾਰਟੀ ਨੂੰ ਮੈਂ ਪਸੰਦ ਨਹੀਂ ਕਰਦਾ, ਜੇ ਮੈਂ ਇਕੱਲਾ ਵੀ ਜਿੱਤਿਆ ਨਾ ਤਾਂ ਵੀ ਮੈਂ ਕਿਸੇ ਜਿਹੜੀ ਸਰਕਾਰ ਬਣੂਗੀ ਉਸ ਪਾਰਟੀ ਚ ਨਹੀਂ ਜਾਊਂਗਾ। ਕੀ ਸਮਝਦੇ ਹੋ, ਲੱਖੇ ਨੂੰ ਕੋਈ ਪਾਰਟੀ ਹਜਮਣੀ ਹੁੰਦੀ ਕਿ ਕਿਸੇ ਪਾਰਟੀ ਨੂੰ ਲੱਖਾ ਬਾਈ ਹਜਮਣੀ ਹੁੰਦੀ? ਸੱਚ ਨਹੀਂ ਆਜਮਾਉਂਦਾ ਲੋਕਾਂ ਨੂੰ, ਪਾਰਟੀਆਂ ਨੂੰ ਸੱਚ ਨਹੀਂ, ਉਹ ਸੱਚ ਨਾ ਚੱਲਦਾ। ਜੇ ਉਹ ਚਾਹੁੰਦਾ ਤਾਂ ਆਮ ਆਦਮੀ ਪਾਰਟੀ ਟੈਕਸ ਦਿੰਦੀ ਸੀ, ਲੜ ਕੇ MLA ਲੈ ਕੇ ਸਭ ਸ਼ੋਰਤ ਇਕੱਠੀ ਕਰ ਸਕਦਾ ਸੀ, ਪਰ ਉਹ ਸੱਚ ਨਾਲ ਖੜਾ ਤਾਂ ਹੈ। ਮਹੀਨੇ ਦੋਵਾਂ ਚ ਨਸ਼ਾ ਬੰਦ ਕਰ ਦਾਂਗੇ, ਉਹੀ ਨਸ਼ਾ ਚੱਲਦਾ, ਸਭ ਕੁਛ ਮਿਲਦਾ ਪੰਜਾਬ ਦੇ ਵਿੱਚ, ਨਹੀਂ ਕੋਈ ਬਦਲਾ ਨਹੀਂ। ਲੱਖਾਂ ਸਿਧਾਣਾ ਕਦੇ ਬੋਲੇ ਨਹੀਂ ਸੀ ਜਦੋਂ ਇਲੈਕਸ਼ਨ ਲੜੇ, ਉਦੋਂ ਬਾਅਦ ਜ਼ਿਆਦਾ ਪੋਲੀਟੀਕਲੀ ਵਿਚਰੇ ਨਹੀਂ ਉਹ, ਤੇ ਸਰਕਾਰ ਨੂੰ ਕੀ ਲੋੜ ਸੀ ਉਹਨਾਂ ਨੂੰ ਇਸ ਤਰ੍ਹਾਂ ਫਸਾਉਣ ਦੀ? ਸਰਕਾਰਾਂ ਨੂੰ ਡਰ ਆ ਗਾਂ ਦਾ ਵੀ ਇਹਦੇ ਨਾਲ ਦੁਨੀਆ ਤੁਰਦੀ ਆ, ਸਭ ਲੋਕ ਤੁਰਦੇ ਆ ਇਹਦੇ ਨਾਲ, ਨਵੀਂ ਜਨਤਾ ਤੁਰਦੀ ਆ ਗੱਲ ਸੁਣਦੀ ਆ, ਤਾਂ ਉਹਨਾਂ ਨੂੰ ਡਰ ਆ ਵੀ ਅੱਗੇ ਜਾ ਕੇ ਵੀ ਸਾਡੀ ਖਰਾਬੀ ਹੁੰਦੀ ਉਹਦੇ ਨਾਲ। ਐਲਾ ਵੀ ਹੁਣੇ ਸਿਰ ਨੱਪ ਦਿਓ, ਹਾਂ ਇੱਥੇ ਜੇ ਨੱਪਿਆ ਜਾਊਗਾ, ਦਬਾਇਆ ਜਾਊਗਾ ਤੇ ਇਹਦੇ ਤੇ 1-2 ਪਰਚੇ ਹੋ ਗਏ ਜਿਹੜੇ ਆਪਣੇ ਵਰਗੇ ਲੋਕ ਜਨਤਾ ਨਾਲ ਤੁਰਨ ਵਾਲੀ ਇਹ ਦਬ ਜੂਗੀ। ਲੱਗਦਾ ਵੀ ਦਬ ਜੂਗਾ? ਨਹੀਂ, ਹੁਣ ਨਹੀਂ ਦਬਦਾ, ਹੁਣ ਨਵੀਂ ਜਨਰੇਸ਼ਨ ਮੂਹਰੇ ਆ ਰਹੀ ਉੱਠ ਕੇ ਤੇ ਬਦਲਾ ਆਊਗਾ, ਸਮਾਂ ਲੱਗੂਗਾ। ਚੰਗੇ ਬੰਦਿਆਂ ਲਈ ਸਮਾਂ ਲੱਗਦਾ ਹੀ ਹੁੰਦਾ ਚੰਗੇ ਕੰਮ ਕਰਨ। ਬਿਲਕੁਲ, ਲੱਖੇ ਸਿਧਾਣੇ ਦੇ ਪਰਚਾ ਹੋਇਆ, ਸਹੀ ਹੋਇਆ, ਗਲਤ ਹੋਇਆ, ਕੀ ਬਣਾ? ਬਹੁਤ ਗਲਤ ਕਰਿਆ ਬਾਈ, ਜਿਹੜਾ ਬੰਦਾ ਅੱਜ ਤੋਂ 10 ਸਾਲ ਪਹਿਲਾਂ ਚਿੱਟੇ ਦੇ ਖਿਲਾਫ ਬੋਲਦਾ, ਉਸ ਦੇ ਚਿੱਟੇ ਦਾ ਪਰਚਾ ਦਿੱਤਾ ਉਹਨੂੰ ਬਦਨਾਮ ਕਰਨ ਦੀ ਖਾਤਰ, ਵੀ ਇਹਦੇ ਤੇ ਆਪਾਂ ਕਲੰਕ ਲਾ ਦਈਏ।
ਇਹ ਬਹੁਤ ਗਲਤ ਕਰਿਆ ਆਪਾਂ ਬਾਈ ਲੱਖੀ ਦੇ ਨਾਲ ਖੜੇ ਆ ਜਿੰਨਾ ਇਕੱਠ ਹੋਇਆ ਬਾਈ ਦੀ ਸੋਚ ਨਾਲ ਹੋਇਆ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਦੋਸਤੋ ਜਿਹੜਾ ਲੱਖਾ ਸਥਾਣਾ ਦੇ ਵਿੱਚ ਇੱਕ ਵੱਡੀ ਅੱਜ ਰੈਲੀ ਹੋਣ ਜਾ ਰਹੀ ਆ ਤੇ ਉੱਤੇ नंबर ले लो तो लिंक भेजा जाऊगा बकायदा उस चीज का जे ना लिंक भेजा तो फोन कर सकते दो बारी कह के आए सत्या गल्लां भी ये सानू 100 रुपए किलो बीज दे रहे हैं रैली सी लखा सथाणा दे हक विच बहुत वड्डी रैली हुई हो जा रही है लोग हाले भी आ रहे ने गड्डियां ते बसां ते ट्रकां ते भी आ रहे ने लोग ट्रैक्टर ट्रालियां ते भी आ रहे ने सो इहदा नतीजा की निकलूगा तां आने वाला समय दसूगा सो देखदे रहो लगातार खबरी दा बहुत बहुत शुक्रिया।